ਗੁੱਡ ਮਾਰਨਿੰਗ ਬੱਚਿਓ, ਅਸੀਂ ਭਾਈ ਵੀਰ ਸਿੰਘ ਜੀ ਨੂੰ ਪੜ੍ਹ ਚੁੱਕੇ ਹਾਂ ਅਤੇ ਅੱਗੇ ਅਸੀਂ ਕਰਨਾ ਹੈ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਸਭ ਤੋਂ ਪਹਿਲੀ ਕਵਿਤਾ ਹੈ ਆਪਣੀ ਪੁਸਤਕ ਦੇ ਵਿੱਚ ਜਵਾਨ ਪੰਜਾਬ। ਇਹ ਆਪਣੀ ਲਾਜ਼ਮੀ ਪੰਜਾਬੀ ਦੇ ਵਿੱਚ ਵੀ ਅਸੀਂ ਕਰਨੀ ਹੈ, ਸੋ ਇਸ ਨੂੰ ਮੈਂ ਹਲੇ ਛੱਡ ਰਹੀ ਹਾਂ। ਅੱਗੇ ਹੈ ਪੰਜਾਬ ਦੇ ਮਜ਼ੂਰ, ਇਹ ਵੀ ਲਾਜ਼ਮੀ ਪੰਜਾਬੀ ਦੇ ਵਿੱਚ ਦਰਜ ਹੈ, ਜਦੋਂ ਉਹ ਕਰਾਂਗੇ ਨਾਲ ਹੀ ਇਹ ਕਰ ਲਵਾਂਗੇ। ਅੱਜ ਅਸੀਂ ਕਰਨੀ ਹੈ ਹੱਲ ਵਾਹੁਣ ਵਾਲੇ। ਹੱਲ ਵਾਹੁਣ ਵਾਲੇ ਕੌਣ ਹੈ? ਪੰਜਾਬ ਦੇ ਕਿਸਾਨ, ਜੋ ਆਪਣੇ ਖੇਤਾਂ ਦੇ ਵਿੱਚ ਹੱਲ ਦੇ ਨਾਲ ਵਾਹੁੰਦੇ ਆ, ਮਿਹਨਤ ਕਰਦੇ ਆ, ਫਸਲ ਉਗਾਉਂਦੇ ਆ, ਨਾ ਸਿਰਫ ਆਪਣੇ ਲਈ ਇਸ ਸੰਸਾਰ ਦੇ ਲਈ ਵੀ ਉਹ ਅਨਾਜ ਪੈਦਾ ਕਰਦੇ ਆ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸਾਡੇ ਹੱਲ ਵਾਹੁਣ ਵਾਲਿਆਂ ਦੀ ਸਿਫਤ ਕੀਤੀ ਹੈ। ਅਗਰ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਕਵਿਤਾਵਾਂ ਨੂੰ ਦੇਖੀਏ ਤਾਂ ਇਹ ਵਧੇਰੇ ਪੰਜਾਬੀਆਂ ਦੇ ਨਾਲ ਜੁੜੀਆਂ ਹੋਈਆਂ ਨੇ, ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਮਜ਼ਦੂਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਇਹਨਾਂ ਦੇ ਵਿੱਚੋਂ ਇੱਕ ਇਹ ਹੱਲ ਵਾਹੁਣ ਵਾਲੀ ਕਵਿਤਾ ਹੈ। ਕੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ? ਓਏ ਮੈਂ ਪੜ੍ਹਨ ਪੜ੍ਹਾਉਣ ਸਾਰਾ ਛੱਡਿਆ, ਦਿਲ ਮੇਰਾ ਆਣ ਵਾਹੀਆਂ ਵਿੱਚ ਖੁੱਭਿਆ, ਪਹਿਲੀਆਂ ਮੇਰੀਆਂ ਕਿਤਾਬਾਂ ਹੋਈਆਂ ਜੱਟ ਬੂਟ ਮੇਰੇ ਯਾਰ ਵੋ। ਕੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ? ਕਹਿੰਦੇ ਕਿ ਮੈਂ ਪੜ੍ਹਨ ਪੜ੍ਹਾਉਣ ਸਾਰਾ ਕੁਛ ਛੱਡ ਦਿੱਤਾ ਅਤੇ ਮੇਰਾ ਦਿਲ ਕਿਸ ਗੱਲ ਵੱਲ ਲੱਗਿਆ? ਵਾਹੀਆਂ ਕਰਨ ਵਿੱਚ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਮਨ ਕਿੱਥੇ ਲੱਗਦਾ? ਖੇਤਾਂ ਵਿੱਚ ਲੱਗਦਾ ਹੈ, ਖੇਤਾਂ ਨੂੰ ਵਾਹਣ ਵਿੱਚ ਲੱਗਦਾ ਹੈ। ਕਹਿੰਦਾ ਪਹਿਲੀਆਂ ਮੇਰੀਆਂ ਕਿਤਾਬਾਂ ਹੋਈਆਂ, ਕਿ ਮੇਰੇ ਲਈ ਕਿਤਾਬਾਂ ਜੋ ਵਿਦਿਆਰਥੀ ਪੜ੍ਹਦੇ ਆ ਉਹ ਨਹੀਂ, ਕਹਿੰਦਾ ਪਹਿਲੀਆਂ ਮੇਰੀਆਂ ਕਿਤਾਬਾਂ, ਜੱਟ ਬੂਟ ਮੇਰੇ ਯਾਰ। ਅੱਗੇ ਕੀ ਕਹਿੰਦੇ? ਕਹਿੰਦੇ ਲੱਸੀ ਦਾ ਛੰਨਾ ਦਿੰਦੇ, ਬਾਜਰੇ ਦੀ ਰੋਟੀ, ਮੱਖਣ ਦੀ ਪਿੰਨੀ ਦਿੰਦੇ, ਦੁੱਧ ਦੀਆਂ ਕਟੋਰੀਆਂ। ਕਹਿੰਦਾ ਇੱਥੇ ਤਾਂ ਖਾਣ ਨੂੰ ਬਹੁਤ ਕੁਛ ਮਿਲਦਾ, ਅਗਰ ਅਸੀਂ ਖੇਤੀ ਕਰਦੇ ਹਾਂ ਤਾਂ ਸਾਨੂੰ ਖਾਣ ਪੀਣ ਦੀ ਕਮੀ ਨਹੀਂ ਰਹਿੰਦੀ, ਸਾਨੂੰ ਖੁੱਲ੍ਹਾ ਔਰ ਵਧੀਆ ਮਿਲਦਾ। ਕੀ ਕਹਿੰਦਾ? ਕਹਿੰਦਾ ਲੱਸੀ ਦਾ ਛੰਨਾ ਦਿੰਦੇ, ਕੀ ਮਿਲਦਾ? ਲੱਸੀ ਦਾ ਛੰਨਾ, ਛੰਨਾ ਆਪਣੇ ਪਰਿਵਾਰ ਦੇ ਵਿੱਚ ਅਗਰ ਬਜ਼ੁਰਗ ਹੈ ਤਾਂ ਉਸ ਤੋਂ ਜ਼ਰੂਰ ਪੁੱਛਿਓ। ਪੁਰਾਣੇ ਲੋਕ ਜਿਹੜੇ ਹੁੰਦੇ ਸੀਗੇ ਉਹ ਛੰਨਾ ਇੱਕ ਚੌੜੀ ਜਿਹੀ ਕੌਲੀ ਹੈ ਇਹ, ਠੀਕ ਹੈ, ਉਹ ਵਰਤਦੇ ਹੁੰਦੇ ਸੀਗੇ ਰਸੋਈ ਦੇ ਵਿੱਚ। ਅਤੇ ਇਹ ਸ਼ਾਇਦ ਤੁਹਾਡੇ ਵਿੱਚੋਂ ਅਗਰ ਘਰ ਦੇ ਵਿੱਚ ਬਜ਼ੁਰਗ ਹੈਗੇ ਤਾਂ ਉਹਨਾਂ ਨੇ ਜ਼ਰੂਰ ਸਾਂਭੇ ਹੋਣਗੇ। ਅਤੇ ਇਸ ਨੂੰ ਦੇਖਿਓ, ਬਹੁਤ ਸੋਹਣਾ ਬਰਤਨ ਹੈ। ਕੀ ਕਹਿੰਦੇ? ਲੱਸੀ ਦਾ ਛੰਨਾ ਦਿੰਦੇ, ਲੱਸੀ ਦਾ ਛੰਨਾ ਮਿਲਦਾ ਪੀਣ ਦੇ ਲਈ, ਹੈ ਨਾ, ਪੈਕਟ ਵਾਲੀ ਥੋੜ੍ਹੀ ਮਿਲਦੀ ਹੈ, ਲੱਸੀ ਮਿਲਦੀ ਹੈ, ਤਾਜ਼ੀ ਮਿਲਦੀ ਹੈ ਔਰ ਅਸਲੀ ਮਿਲਦੀ ਹੈ। ਬਾਜਰੇ ਦੀ ਰੋਟੀ, ਹੁਣ ਲੋਕ ਬਾਜਰੇ ਦੀ ਰੋਟੀ ਖਾਂਦੇ ਹੀ ਨਹੀਂ ਕਿਉਂਕਿ ਮਿਲਦੀ ਨਹੀਂ, ਉਗਾਉਂਦਾ ਕੌਣ ਹੈ? ਪਹਿਲਾਂ ਤਾਂ ਸਾਡਾ ਸਾਰਾ ਪੰਜਾਬ ਹੀ ਕਿਸਾਨਾਂ ਦਾ ਹੁੰਦਾ ਸੀਗਾ, ਹੈ ਨਾ, ਘਰ ਘਰ ਹੱਲ ਵਾਹੁਣ ਵਾਲੇ ਸੀਗੇ। ਕਹਿੰਦਾ ਬਾਜਰੇ ਦੀ ਰੋਟੀ, ਮੱਖਣ ਦੀ ਪਿੰਨੀ, ਕਿਉਂਕਿ ਸਾਡੇ ਜਿਹੜੇ ਕਿਸਾਨ ਹੁੰਦੇ ਸੀਗੇ, ਹੈ ਨਾ, ਜਿਨ੍ਹਾਂ ਨੇ ਖੇਤਾਂ ਦੀ ਵਾਹੀ ਕਰਨੀ ਹੁੰਦੀ ਸੀਗੀ, ਉਹਨਾਂ ਦੇ ਕੋਲ ਪਸ਼ੂ ਵੀ ਹੁੰਦੇ ਸੀਗੇ ਕਿਉਂਕਿ ਖੇਤੀ ਹੈਗੀ ਹੈ ਤਾਂ ਉਹਦੇ ਸਿਰ 'ਤੇ ਪਸ਼ੂ ਰੱਖੇ ਜਾ ਸਕਦੇ ਸੀਗੇ, ਇਹੀ ਆਮਦਨ ਦਾ ਸਾਧਨ ਹੁੰਦੇ ਸੀਗੇ। ਅਤੇ ਮੱਖਣ ਦੀ ਪਿੰਨੀ ਕਹਿੰਦੇ ਉਹ ਦਿੰਦੇ ਹੈ, ਦੁੱਧ ਦੀਆਂ ਕਟੋਰੀਆਂ, ਦੁੱਧ ਵੀ ਖੁੱਲ੍ਹਾ ਡੁੱਲਾ ਕਟੋਰੀਆਂ ਭਰ ਭਰ ਕੇ ਕਹਿੰਦਾ ਮਿਲਦਾ, ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ। ਹੋਰ ਕੀ ਮਿਲਦਾ? ਸਾਗ, ਸਾਗ ਸਾਡੇ ਖੇਤਾਂ ਦੇ ਵਿੱਚ ਬਹੁਤ ਹੁੰਦਾ, ਹੈ ਨਾ, ਜਿਸ ਮਰਜ਼ੀ ਮੌਸਮ ਦੇ ਵਿੱਚ ਦੇਖ ਲਈਏ, ਹੈ ਨਾ, ਸਰ੍ਹੋਂ ਦਾ, ਚਲੋ ਸਰਦੀਆਂ ਦੇ ਵਿੱਚ ਸਰ੍ਹੋਂ ਦਾ ਖਾ ਲੈਂਦੇ ਹਾਂ, ਇਹਨਾਂ ਦਿਨਾਂ ਵਿੱਚ ਵੀ ਤਾਂ ਹੈਗਾ, ਚੜਾਈ ਬਾਥੂ ਵਗੈਰਾ ਜਿਨ੍ਹਾਂ ਨੂੰ ਜਾਂਚ ਹੈ, ਪੁਰਾਣੀਆਂ ਜੜੀਆਂ ਬੂਟੀਆਂ ਇਹ, ਹੈ ਨਾ, ਸਿਹਤ ਨੂੰ ਕਿੰਨਾ ਸਵੱਸਥ ਰੱਖਦੀਆਂ ਇਹ। ਕਹਿੰਦਾ ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ,
ਕਾਹਦੇ ਦਾਣੇ ਭੁੰਨ ਕੇ ਦਿੰਦੇ ਆ? ਮੱਕੀ, ਜਵਾਰ ਅਤੇ ਛੋਲਿਆਂ। ਛੋਲੇ, ਮੱਕੀ ਅਤੇ ਜਵਾਰ ਦੇ ਦਾਣੇ ਕਹਿੰਦਾ ਭੁੰਨੇ ਹੋਏ ਕਹਿੰਦਾ ਮੈਨੂੰ ਮਿਲਦੇ ਆ। ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ, ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ, ਇਹ ਲੋਕੀ ਹਨ ਮੇਰੇ ਰੱਬ ਦੀਆਂ ਪਹਿਲੀਆਂ। ਹੋਰ ਕੀ ਕੀ ਦਿੰਦੇ ਆ? ਪਾਣੀ ਖੂਹਾਂ ਦਾ ਠੰਡਾ, ਹੁਣ ਤਾਂ ਉਹ ਸਾਡੀ ਕਿਸਮਤ ਵਿੱਚ ਹੀ ਨਹੀਂ ਹੈ, ਹੈ ਨਾ, ਖੂਹ ਵੀ ਖਤਮ ਹੋ ਗਏ, ਖੂਹਾਂ ਦੇ ਵਿੱਚ ਪਾਣੀ ਖਤਮ ਕਰ ਦਿੱਤਾ ਅਸੀਂ। ਨਲਕੇ ਲਾ ਲਏ ਫਿਰ ਆਪਾਂ, ਉਹਨਾਂ ਦੇ ਵਿੱਚੋਂ ਵੀ ਪਾਣੀ ਖਤਮ ਕਰ ਦਿੱਤਾ, ਹੁਣ ਤਾਂ ਜਦੋਂ ਟੈਂਕੀ ਵਾਲੇ ਹੈ ਨਾ ਪਾਣੀ ਛੱਡਣਗੇ ਫਿਰ ਹੀ ਸਾਡੀ ਟੁੱਟੀ ਚੱਲੇਗੀ, ਨਹੀਂ ਤਾਂ ਨਹੀਂ ਚੱਲਣੀ। ਪਰ ਪੁਰਾਣੇ ਲੋਕਾਂ ਨੂੰ ਇਹ ਹੁੰਦਾ ਸੀਗਾ, ਉਹਨਾਂ ਨੇ ਖੂਹ ਦੇ ਉੱਤੇ ਜਦੋਂ ਮਨ ਕਰਦਾ ਠੰਡਾ ਪਾਣੀ ਹੁੰਦਾ ਸੀਗਾ ਖੂਹਾਂ ਦਾ, ਹੈ ਨਾ। ਕਹਿੰਦਾ ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ। ਪਾਣੀ ਉਹ ਹੀ ਨਹੀਂ ਮਿਲਦਾ, ਖੁਸ਼ੀ ਵੀ ਮਿਲਦੀ ਹੈ ਪੀਣ ਦੇ ਲਈ, ਜੀਣ ਦੇ ਲਈ, ਔਰ ਸਭ ਤੋਂ ਜ਼ਰੂਰੀ ਹੁੰਦੀ ਹੈ ਖੁਸ਼ੀ, ਜਿਹੜੀ ਕਿ ਹੁਣ ਦੇ ਲੋਕਾਂ ਨੇ ਕਿਤੇ ਨਾ ਕਿਤੇ ਉਹ ਖੁਸ਼ੀ ਗਵਾ ਲਈ ਹੈ। ਕਿਉਂਕਿ ਅਸੀਂ ਇਸ ਪਦਾਰਥਕ ਸੰਸਾਰ ਦੇ ਵਿੱਚ ਪਦਾਰਥਾਂ ਦੇ ਪਿੱਛੇ ਦੌੜ ਲਾਈ ਹੋਈ ਹੈ, ਉਹਨਾਂ ਦੇ ਵਿੱਚ ਸਾਨੂੰ ਖੁਸ਼ੀ ਤਾਂ ਪਤਾ ਹੀ ਨਹੀਂ ਲੱਗਦੀ ਕਿ ਕੀ ਹੈ। ਕਹਿੰਦਾ ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ, ਇਹ ਹੱਲ ਵਾਹੁਣ ਵਾਲੇ ਕੀ ਕਰਦੇ ਆ? ਟਿੱਬੇ ਢੇਰ ਸਭ ਨੂੰ ਢਾਹ ਦਿੰਦੇ ਆ ਅਤੇ ਮੈਦਾਨ ਕਰ ਦਿੰਦੇ ਆ ਤਾਂ ਕਿ ਉੱਥੇ ਖੇਤੀ ਕੀਤੀ ਜਾ ਸਕੇ। ਕਹਿੰਦਾ ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ, ਕਹਿੰਦਾ ਇਸ ਪਰਮਾਤਮਾ ਦੇ ਦੁਆਰਾ, ਰੱਬ ਦੇ ਦੁਆਰਾ ਦਿੱਤੀਆਂ ਹੋਈਆਂ ਪੈਲੀਆਂ ਭਾਵ ਖੇਤਾਂ ਨੂੰ ਇਹ ਜਿਹੜੇ ਹੱਲ ਵਾਹੁਣ ਵਾਲੇ ਆ ਸਵਾਰਦੇ ਆ। ਅੱਗੇ ਕੀ ਕਹਿੰਦਾ? ਬੀਜ ਬੀਜਣ ਇਹ ਹੱਲ ਚਲਾਉਣ, ਘਾਲਾਂ ਘਾਲਣ ਪੂਰੀਆਂ, ਬਹੁਤ ਘਾਲਾਂ ਘਾਲਦੇ ਆ ਖੇਤਾਂ ਨੂੰ ਸਵਾਰਨ ਦੇ ਲਈ, ਅੰਨ ਨੂੰ ਉਗਾਉਣ ਦੇ ਲਈ ਬਹੁਤ ਕੁਛ ਕਰਨਾ ਪੈਂਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਹਿੰਦਾ ਬੀਜ ਬੀਜਦੇ ਆ, ਫਿਰ ਹੱਲ ਚਲਾਉਂਦੇ ਆ, ਫਿਰ ਕਹਿੰਦਾ ਹੋਰ ਵੀ ਪਤਾ ਨਹੀਂ ਕਿਆ ਕਿਆ, ਕਿਉਂਕਿ ਰੂੜੀ ਵਗੈਰਾ ਢੇਰ ਵਗੈਰਾ ਵੀ ਪਾਉਣਾ ਪੈਂਦਾ, ਇਹਨਾਂ ਨੂੰ ਬਹੁਤ ਕੁਛ ਕਰਨਾ ਪੈਂਦਾ, ਹੈ ਨਾ, ਪਾਣੀ ਵੀ ਲਾਉਣਾ ਪੈਂਦਾ, ਸਮੇਂ ਸਿਰ ਨਾ ਲੱਗਿਆ ਤਾਂ ਫਿਰ ਖਰਾਬ ਹੋ ਜਾਂਦਾ, ਖਰਾਬ ਹੋ ਜਾਂਦੀ ਸਾਰੀ ਫਸਲ। ਕੀ ਕਹਿੰਦਾ? ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ, ਵੇਖਣ ਮੁੜ ਮੁੜ ਵੱਲ ਬੱਦਲਾਂ, ਇਹ ਹਨ ਜੱਗ ਦੇ ਭੰਡਾਰੀ ਰਾਜੇ, ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੂਰੀ ਜੋ ਹੱਲ ਵਾਹੁਣ ਵਾਲੇ ਆ ਉਹਨਾਂ ਦੀ ਸਿਫਤ ਕੀਤੀ ਹੈ। ਕਹਿੰਦੇ ਖਾਣ ਥੋੜ੍ਹਾ, ਥੋੜ੍ਹਾ ਖਾਂਦੇ ਆ, ਪਹਿਨਣ ਮੋਟਾ ਸੋਟਾ, ਜਿੱਦਾਂ ਦੇ ਉਹਨਾਂ ਨੂੰ ਮਿਲ ਜਾਂਦਾ ਉਹੋ ਜਿਹਾ ਹੀ ਪਹਿਨ ਲੈਂਦੇ ਆ, ਵੇਖਣ ਮੁੜ ਮੁੜ ਵੱਲ ਬੱਦਲਾਂ, ਕਿਉਂਕਿ ਬੱਦਲਾਂ ਦੇ ਉੱਤੇ ਆਸ ਹੁੰਦੀ ਹੈ ਜੇਕਰ ਵਰ ਜਾਣ ਤਾਂ ਵਧੀਆ, ਹੈ ਨਾ, ਨਹੀਂ ਤਾਂ ਫਿਰ ਫਸਲ ਖਰਾਬ ਹੋਣ ਦਾ ਡਰ ਰਹਿੰਦਾ। ਕੀ ਕਹਿੰਦਾ? ਇਹ ਹਨ ਜੱਗ ਦੇ ਭੰਡਾਰੀ, ਕਹਿੰਦਾ ਸਾਰੇ ਸੰਸਾਰ ਦੇ ਭੰਡਾਰੀ ਇਹੀ ਹੈ, ਸਾਰੇ ਸੰਸਾਰ ਨੂੰ ਖਵਾਉਣ ਵਾਲੇ ਇਹੀ ਹੱਲ ਵਾਹੁਣ ਵਾਲੇ ਆ, ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਕਹਿੰਦਾ ਇਹ ਤਾਂ ਇੰਨੇ ਬਾਦਸ਼ਾਹ ਲੋਕ ਹੈ ਵੀ ਵੱਡੇ ਵੱਡੇ ਰਾਜੇ ਵੀ ਇਹਨਾਂ ਦੇ ਅੱਗੇ ਹੱਥ ਅੱਡਦੇ ਆ ਅਤੇ ਰੋਟੀਆਂ ਦੀ ਮੰਗ ਕਰਦੇ ਆ। ਇਹ ਤਾਂ ਬਿਲਕੁਲ ਸਹੀ ਹੈ, ਪ੍ਰੋਫੈਸਰ ਪੂਰਨ ਸਿੰਘ ਜੀ ਨੇ ਜੋ ਵੀ ਲਿਖਿਆ ਉਹ ਬਿਲਕੁਲ ਸਹੀ ਲਿਖਿਆ, ਹੈ ਨਾ। ਜੋ ਸਾਡੇ ਪੁਰਾਣੇ ਪੰਜਾਬ ਦੇ ਜੋ ਹੱਲ ਵਾਹੁਣ ਵਾਲੇ ਸੀਗੇ ਉਹ ਵਾਕਈ ਇਹੋ ਜਿਹੇ ਸੀਗੇ, ਪਰ ਹੁਣ ਥੋੜ੍ਹਾ ਜਿਹਾ ਬਦਲਾਵ ਆ ਗਿਆ, ਸਾਡੀਆਂ ਲੋੜਾਂ ਨੇ ਸਾਨੂੰ ਗਲਤ ਰਸਤੇ 'ਤੇ ਤੋੜ ਦਿੱਤਾ, ਹੈ ਨਾ। ਅਸੀਂ ਦੱਬ ਕੇ ਪਾਣੀ ਕੱਢਿਆ ਧਰਤੀ 'ਚੋਂ, ਦੱਬ ਕੇ ਖਾਦਾਂ ਪਾਈਆਂ, ਦੱਬ ਕੇ ਅਸੀਂ ਜੋ ਫਸਲਾਂ ਦੇ ਉੱਤੇ ਕੀੜੇ ਮਾਰ ਦਵਾਈਆਂ ਪਾਈਆਂ, ਜਿਹਦੇ ਕਰਕੇ ਇਸ ਵੇਲੇ ਜੋ ਇਹਨਾਂ ਨੇ ਲਿਖਿਆ ਕਿ ਮੈਨੂੰ ਪਿੰਨੀਆਂ ਮਿਲਦੀਆਂ, ਲੱਸੀ ਮਿਲਦੀ, ਬਾਜਰਾ ਮਿਲਦਾ ਜਾਂ ਦਾਣੇ ਭੁੰਨੇ ਹੋਏ ਮਿਲਦੇ, ਸਾਨੂੰ ਕੁਛ ਵੀ ਹੁਣ ਉਹ ਸ਼ੁੱਧ ਰੂਪ ਦੇ ਵਿੱਚ ਨਹੀਂ ਮਿਲ ਰਿਹਾ, ਸਾਫ਼ ਸੁਥਰਾ ਨਹੀਂ ਮਿਲ ਰਿਹਾ। ਕਿਤੇ ਨਾ ਕਿਤੇ ਖਾਦ
ਜਾਂ ਜੋ ਵੀ ਅਸੀਂ ਦਵਾਈਆਂ ਛਿੜਕਦੇ ਹਾਂ ਉਹਦਾ ਅਸਰ ਨਾਲ ਲੈ ਕੇ ਸਾਡੇ ਘਰ ਅਨਾਜ ਵੜਦਾ। ਖੈਰ, ਇਹ ਸਮੇਂ ਸਮੇਂ 'ਤੇ ਜੋ ਤਬਦੀਲੀਆਂ ਹੋਈਆਂ ਉਹਦੇ ਕਾਰਨ ਸਾਰਾ ਕੁਛ ਇਹ ਵਾਪਰ ਰਿਹਾ। ਸ਼ਾਇਦ ਆਉਣ ਵਾਲੇ ਸਮੇਂ ਤੱਕ ਸਾਡਾ ਪੰਜਾਬ ਸੰਭਲ ਜਾਵੇ, ਸਾਨੂੰ ਫਿਰ ਉਹੀ ਪੁਰਾਣਾ ਪੰਜਾਬ ਮਿਲ ਜਾਵੇ ਜਿਹਦੇ ਵਿੱਚ ਅਸੀਂ ਸਵਸਥ ਖਾਣਾ ਖਾਈਏ, ਸਾਡੇ ਹੱਲ ਵਾਹਣ ਵਾਲੇ ਵੀ ਮਿਹਨਤ ਕਰਨ ਨੂੰ ਨਾ ਡਰਨ, ਹੈ ਨਾ, ਉਹ ਵੀ ਦਿਲ ਦੇ ਨਾਲ ਮਿਹਨਤ ਕਰਨ। ਹੋ ਸਕਦਾ ਆਉਣ ਵਾਲਾ ਸਮਾਂ ਹੋਵੇ ਅਜਿਹਾ, ਆਪਾਂ ਆਸ ਤਾਂ ਕਰ ਹੀ ਸਕਦੇ ਹਾਂ। ਇਹ ਸੀਗੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਹੱਲ ਵਾਹੁਣ ਵਾਲੇ, ਹੱਲ ਵਾਹੁਣ ਵਾਲਿਆਂ ਦੀ ਰੱਜ ਕੇ ਸਿਫਤ ਕੀਤੀ ਹੈ ਇਸ ਕਵਿਤਾ ਦੇ ਵਿੱਚ। ਅਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।